हेलो दोस्तों, की हाल चाल है। स्वागत है तुहाडा साडी एक होर नवीं वीडियो विच। दोस्तों अज दी वीडियो विच असीं तुहानू साडे गैस्ट नाल मिलाण जा रहे हां। साडा गैस्ट कोई होर नहीं बल्कि वीरे इधर कैमरा कर रवि गाजेवाल साडे विचकार पहुंचा होया। फिर अज आपां पहुंचे होया सांझा पंजाब दी लाइव स्टूडियो ते फिर अपने नारन सिंह ते इधर बई अपने मनदीप खरौड़ जी ते साडा वीर है ना जिन्हों तुसीं सारे जाणदे हो है ना। वीरे दे किन्ने वधिया वधिया गाणे आए ने है ना। गोपी लौंगी वीर नाल वी वीर कम कर रहा ते वीर क्योंकि तुहाडी ना काफी वीडियो वायरल हुई है सिगेस तुसी सिद्धू मूसे वाले नाल कोई गाना कर रहे हो जां इस तरह दी कोई गल हुई सी तुहाडी सिद्धू मूसे वाले नाल गाने हो। मार्केट विच नवे-नवे गाने आ रहे ने 25-25-50 है ना कि अपने बिरदा ही गाना एक दा कहिंदा 25-25-50 साडे दे उपर दिखा भाई। उसदे कहण दा मतलब तुसी कि उहनूं किस तरह लैंदे हो? उहदा कहण दा मतलब वीरे ऐ आ वी 25-25-50 कोई साथों दा ना दिखा ਵੀ ਜਿਵੇਂ ਇਹ ਗੱਲ ਤਾਂ ਤੁਹਾਨੂੰ ਦੱਸਾਂ ਹਰੇਕ ਸਿੰਗਰ ਤੇ ਲੱਗਦੀ ਹੈ ਤੇ ਜ਼ਿਆਦਾ ਇਹ ਲੱਗਦੀ ਹੈ ਬਾਈ ਸਿੱਧੂ। ਹਾਂ ਸਹੀ ਗੱਲ ਦੱਸਾਂ ਬਾਈ ਮੈਂ ਤੈਨੂੰ ਉਹਦੇ ਤੇ, ਕਿਉਂਕਿ ਅੱਜ ਉਹ ਦੁਨੀਆ ਤੇ ਹੈ ਨਹੀਂ ਤਾਂ ਲੱਲੀ ਛੱਲੀ ਬੜਕ ਰਹੀ ਆ ਮਲਕੀ ਲੋਕ ਹਵਾ ਚ ਆ ਰਹੇ ਨੇ ਹੈ ਨਾ। ਵੀ ਜਦ ਉਹ ਬੰਦਾ ਜਿਉਂਦਾ ਸੀ ਉਦੋਂ ਉਹਦੀ ਕਾਦਰ ਨਹੀਂ ਪਾਈ, ਜਿਹੜੇ ਬੰਦੇ ਕਾਦਰ ਨਹੀਂ ਪਾਉਂਦੇ ਤੇ ਅੱਜ ਉਹ ਸਟੋਰੀਆਂ ਪਾ ਰਹੇ ਨੇ ਵੀ ਹਾਂ ਜੇ ਤੂੰ ਵਾਪਸ ਆ ਜਾਇਆ ਹੋਇਆ ਵਾਹ ਹੋਇਆ। ਹੁਣ ਮੈਂ ਵੀ ਸੁਣਿਆ ਸੀ ਗਾਣਾ ਉਹਦਾ 25 ਪਤਾ ਨਹੀਂ ਕਿਹੜੇ ਬਾਈ ਦਾ ਸੀ ਗਾਣਾ, ਕਹਿੰਦਾ 25-25-50 ਕੋਈ ਸਾਥੋਂ ਦਾ ਦਿਖਾ। ਜੇ ਅੱਜ ਉਸਤਾਦ ਹੈ ਨਹੀਂ ਨਾ ਨਾਟਕ ਕਰਿਆ ਝੋਟਾ ਤਾਂ ਅੱਜ ਜਣਾ ਖਣਾ ਹਵਾ ਕਰਦਾ, ਇਹ ਚੱਕਰ ਹੈ ਵੀਰੇ। ਬਾਈ ਜਿਵੇਂ ਕਿ ਹੁਣ ਹੈ ਨਾ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਹੇ ਹੈ ਨਾ, ਤੇ ਤੁਹਾਨੂੰ ਲੱਗਦਾ ਕਿ ਕੋਈ ਸਿੰਗਰ ਉਹਨਾਂ ਦੀ ਜਗ੍ਹਾ ਲੈ ਸਕਦਾ ਜਾਂ ਨਹੀਂ? ਵੀਰੇ ਕੋਈ ਨਹੀਂ ਉਹਦੀ ਜਗ੍ਹਾ ਲੈ ਸਕਦਾ, ਮੈਂ ਤੁਹਾਨੂੰ ਸਹੀ ਗੱਲ ਦੱਸਾਂ। ਹੁਣ ਪਿੱਛੇ ਵੀ ਤਾਂ ਕਈ ਕਲਾਕਾਰਾਂ ਦੇ ਗਾਣੇ ਆ ਹੀ ਰਹੇ ਨੇ, ਉਹਨਾਂ ਦੇ ਆਂਟੀਆਂ ਦੇ ਵੀ ਗਾਣੇ ਆ ਰਹੇ ਨੇ। ਮਤਲਬ ਕਿ ਮੂਸੇ ਵਾਲੇ ਬਾਈ ਦੇ ਮਰਨ ਤੋਂ ਬਾਅਦ ਸਿਰਫ 2 ਗਾਣੇ ਆਏ, ਇੱਕ SYL ਉਹ ਕਰਾਤਾ ਬੈਨ, ਉਹ ਦੇਖ ਲਓ ਤੁਸੀਂ ਕਿੰਨਾ ਚੱਲ ਗਿਆ ਸੀ। 8 ਮਿੰਟਾਂ ਦੇ ਅੰਦਰ ਉਹਨੂੰ 3 ਮਿਲੀਅਨ ਵਿਊ ਮਿਲ ਗਈ ਸੀ ਉਹ ਗਾਣੇ। ਸਾਡੀ ਫਰਮਾਇਸ਼ ਤੇ ਤੁਸੀਂ ਉਹ ਗਾਣਾ ਸੁਣਾਓ ਜਿਹੜਾ ਤੁਹਾਡਾ ਕਾਫੀ ਵਾਇਰਲ ਹੋਇਆ ਸੀ, ਕਿਸਮਤ ਕਿਹੜਾ ਗਾਣਾ ਸੀ ਉਹ? ਹਾਂ ਉਹ ਗਾਣਾ ਜ਼ਰੂਰ ਸੁਣਾਓ। ਹੋ ਸੁਣ ਸਿੰਗਰਾਂ ਨੂੰ ਗਾਣ ਦਾ ਮੈਂ ਸ਼ੌਂਕ ਪਾਲਿਆ, ਸੁਰ ਸਿੱਖਣ ਨੂੰ ਸੁਰਾਂ ਦਾ ਰਿਆਜ਼ ਕਰਿਆ, ਇੱਕ ਇੱਕ ਵੀਡੀਓ ਮੈਂ ਪਾਉਣ ਲੱਗਾ ਨੈਟ ਤੇ, ਕੀਮਤੀ ਨਾ ਸਮਾਂ ਬਰਬਾਦ ਕਰਿਆ, ਮੈਂ ਮੂਰੇ ਦੁਨੀਆ ਦੇ ਟੈਲੈਂਟ ਨੂੰ ਸ਼ੋ ਕਰਿਆ, ਕਿੰਨੇ ਕੱਟੇ ਦੁੱਖ ਕਦੇ ਸ਼ੋ ਹੋਣ ਨਹੀਂ ਦਿੱਤੇ, ਆਪ ਭਾਵੇਂ ਰਾਤਾਂ ਜਾਗ ਜਾਗ ਕੱਟੀਆਂ ਪਰ ਦੇਖੇ ਜੋ ਡਰੀਮ ਕਦੇ ਸੌਣ ਨਹੀਂ ਦਿੱਤੇ, ਦੂਰੋਂ ਖੜ ਦੇਖੇ ਲੋਕ ਖੁਸ਼ੀਆਂ ਮਨਾਉਂਦੇ ਮਾਰੀ ਕਿਸਮਤ ਇਹ ਵੀ ਪਲ ਆਉਣ ਨਹੀਂ ਦਿੱਤੇ। ਤਾਂ ਦੋਸਤੋ ਤੁਹਾਨੂੰ ਦੱਸ ਦਿੰਦਾ ਕਿ ਵੀਰ ਹੈ ਨਾ ਥੋੜ੍ਹੇ ਪਿਛਲੇ ਸਮੇਂ ਤੋਂ ਕਾਫੀ ਬਿਮਾਰ ਚੱਲ ਰਿਹਾ ਸੀ, ਇਸ ਕਰਕੇ ਵੀਰ ਦੇ ਗਾਣੇ ਨਹੀਂ ਆ ਚੁੱਕੇ, ਪਰ ਵੀਰ ਦਾ ਹੁਣ ਸਾਡੇ ਚੈਨਲ ਤੇ ਅਸੀਂ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾ। ਸਾਡੇ ਸਾਂਝਾ ਪੰਜਾਬ ਲਾਈਵ ਚੈਨਲ ਤੇ ਵੀਰ ਦਾ ਇੰਟਰਵਿਊ ਆ ਰਿਹਾ ਉਹ ਜਲਦੀ ਤੁਹਾਨੂੰ, ਜੇਕਰ ਤੁਸੀਂ ਅਜੇ ਤੱਕ ਦੂਜਾ ਸਾਡਾ ਚੈਨਲ ਸਾਂਝਾ ਪੰਜਾਬ ਲਾਈਵ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਾਂਝਾ ਪੰਜਾਬ ਲਾਈਵ ਸਰਚ ਕਰਕੇ ਯੂਟਿਊਬ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਰ ਦਾ ਬਾਈ ਨੂੰ ਠੀਕ ਹੈ ਨਾ, ਤੇ ਵੀਰ ਦੀ ਵੱਧ ਤੋਂ ਵੱਧ ਸਪੋਰਟ ਕਰੋ ਯਾਰ, ਫਾਈਨੈਂਸ਼ਲੀ ਵੀ ਬਾਈ ਦੀ ਸਪੋਰਟ ਕਰੋ। ਜੇ ਤੁਸੀਂ ਫਾਈਨੈਂਸ਼ਲੀ ਬਾਈ ਦੀ ਸਪੋਰਟ ਨਹੀਂ ਕਰ ਸਕਦੇ ਤਾਂ ਤੁਸੀਂ ਬਾਈ ਦੇ ਗੀਤਾਂ ਨੂੰ ਜ਼ਰੂਰ ਪਿਆਰ ਦੇਣਾ, ਜੇ ਗੀਤਾਂ ਜੇ ਕੋਈ ਪੁਰਾਣਾ ਗੀਤ ਤੁਸੀਂ ਵੀਰ ਨੂੰ ਸਰਚ ਕਰਕੇ ਦੇਖਦੇ ਹੋ, ਕਿਉਂਕਿ ਮੈਨੂੰ ਪਤਾ ਜਿੰਨੇ ਵੀ ਵੀਰ ਇਹ ਵੀਡੀਓ ਤੇ ਥੰਬਨੇਲ ਦੇਖ ਕੇ ਆਏ ਨੇ ਉਹ ਬਾਈ ਵੀਡੀਓ ਨੂੰ ਬਾਈ ਨੂੰ ਦੇਖਿਆ ਵੀ ਹੋਣਾ ਬਾਈਆਂ ਨੇ ਤੇ ਬਾਈਆਂ ਦੀ ਵੀਡੀਓ ਨੂੰ ਦੇਖਦੇ ਵੀ ਆ ਰਹੇ ਤੇ ਆਉਣ ਵਾਲੀ ਵੀਡੀਓ ਨੂੰ ਵੀ ਬਾਈਆਂ ਨੂੰ ਪਿਆਰ ਦੇਣਗੇ। ਵੀਰ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਵੀਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਂਝਾ ਪੰਜਾਬ ਲਾਈਵ ਚੈਨਲ ਤੇ ਵੀ ਆਪਣੀ ਇੰਟਰਵਿਊ ਆ ਰਹੀ ਹੈ ਤੇ ਉਹਨੂੰ ਵੀ ਜ਼ਰੂਰ ਸਪੋਰਟ ਕਰਿਓ। ਠੀਕ ਹੈ।